ਪੰਜਾਬ ਪੁਲਿਸ ਬਰਨਾਲਾ ਦਾ ਐਸ.ਐਚ.ਓ ਰੁਪਿੰਦਰ ਪਾਲ, ਫਿਰ ਚੜਿਆ ਇਮਾਨਦਾਰ ਐਸ.ਐਸ.ਪੀ ਸੰਦੀਪ ਗੋਇਲ ਬਰਨਾਲਾ ਦੀ ਚਰਖੜੀ ਤੇ। ਜੀ ਹਾਂ, ਇਹ ਉਹੀ ਰੁਪਿੰਦਰ ਪਾਲ ਹੈ ਜੋ ਕਿ ਕਾਨੂੰਨ ਦੀ ਆੜ ਵਿੱਚ ਦਿਲ ਖੋਲ ਕੇ ਮੰਗਦਾ ਹੈ ਭੀਖ। ਬਰਨਾਲਾ ਡੀਸੀ ਦੇ ਨਾਮ ਤੇ ਲਿਆ ਆਈਫੋਨ। ਪਿਛਲੇ ਹੀ ਦਿਨ ਕੀਤੇ ਗਏ ਸਨ ਇਸ ਵੱਲੋਂ ਨਾਜਾਇਜ਼ ਪਰਚੇ, ਲੋਕਾਂ ਤੇ ਜਮਾਉਂਦਾ ਸੀ ਧੋਸ ਇੰਸਪੈਕਟਰ ਰੁਪਿੰਦਰ ਪਾਲ। ਲਾਈਨ ਹਾਜ਼ਰ ਕਰ ਦਿੱਤਾ ਐਸ.ਐਸ.ਪੀ ਬਰਨਾਲਾ ਨੇ। ਲੋਕਾਂ ਵੱਲੋਂ ਰੋਜ਼ ਨਵੀਂ ਤੋਂ ਨਵੀਂ ਸ਼ਿਕਾਇਤ ਅਤੇ ਰਿਸ਼ਵਤ ਲੈਣ ਦੇ ਲਈ ਕੀਤੀ ਜਾਂਦੀ ਸੀ ਸ਼ਿਕਾਇਤ ਐਸ.ਐਸ.ਪੀ ਬਰਨਾਲਾ ਨੂੰ। ਕਿਸੇ ਦੇ ਜ਼ਮੀਨੀ ਝਗੜੇ ਨੂੰ ਉਹਨਾਂ ਦੇ ਹੱਕ ਵਿੱਚ ਕਰਾਉਣ ਦੇ ਲਈ ਦਿੱਤਾ ਸੀ ਭਰੋਸਾ ਐਸ.ਐਚ.ਓ ਨੇ, ਪਰ ਇਹ ਕੰਮ ਸਿਰੇ ਨਾ ਚੜ ਸਕਿਆ ਐਸ.ਐਚ.ਓ ਰੁਪਿੰਦਰ ਪਾਲ ਕੋਲੋਂ। ਜਦੋਂ ਕੰਮ ਨਾ ਹੋਇਆ ਤਾਂ 1,20,000 ਦਾ ਆਈਫੋਨ ਵਾਪਸ ਕਰਨ ਲਈ ਕੀਤੀ ਗਈ ਮੰਗ ਵਾਰ ਵਾਰ, ਪਰੰਤੂ ਕਾਂਗਰਸੀ ਮਹਿਲਾ ਵੱਲੋਂ 50,000 ਰੁਪਏ ਵਾਪਸ ਕਰਵਾਏ ਗਏ ਐਸ.ਐਚ.ਓ ਰੁਪਿੰਦਰ ਪਾਲ ਕੋਲੋਂ। ਬਾਕੀ ਦੀ ਰਕਮ ਵਾਪਸ ਕਰਨ ਲਈ ਟਾਲ ਮਟੋਲ ਕਰਦਾ ਰਿਹਾ ਐਸ.ਐਚ.ਓ। ਜਦੋਂ ਬਾਕੀ ਰਕਮ ਵਾਪਸ ਨਾ ਕੀਤੀ ਗਈ ਤਾਂ ਇਹ ਮਾਮਲਾ ਡੀਸੀ ਸਾਹਿਬ ਦੇ ਸਾਹਮਣੇ ਲਿਆਇਆ ਗਿਆ। ਡੀਸੀ ਸਾਹਿਬ ਨੇ ਡਿਊਟੀ ਲਈ ਐਸ.ਡੀ.ਐਮ. ਬਰਨਾਲਾ ਦੀ ਇਸ ਕੇਸ ਵਿੱਚ ਬਰੀਕੀ ਨਾਲ ਜਾਂਚ ਕਰਨ ਦੀ, ਤਾਂ ਦੋਸ਼ੀ ਪਾਇਆ ਗਿਆ ਐਸ.ਐਚ.ਓ. ਰੁਪਿੰਦਰ ਪਾਲ। 420 ਦਾ ਆਈ.ਪੀ.ਸੀ. ਤਹਿਤ ਪਰਚਾ ਦਰਜ ਹੋਇਆ ਇੰਸਪੈਕਟਰ ਰੁਪਿੰਦਰ ਪਾਲ ਉੱਪਰ। ਐਸ.ਐਚ.ਓ. ਖਿਲਾਫ ਕਈ ਵਾਰ ਸਿਟੀ ਥਾਣੇ ਸਾਹਮਣੇ ਵੀ ਲੋਕਾਂ ਵੱਲੋਂ ਲਾਏ ਗਏ ਸਨ ਧਰਨੇ। ਖਾਣੀ ਪਵੇਗੀ ਹੁਣ ਜੇਲ੍ਹ ਦੀ ਹਵਾ ਐਸ.ਐਚ.ਓ. ਰੁਪਿੰਦਰ ਪਾਲ ਨੂੰ। ਸ਼ਲਾਘਾ ਹੋ ਰਹੀ ਹੈ ਇਮਾਨਦਾਰ ਐਸ.ਐਸ.ਪੀ. ਸੰਦੀਪ ਗੋਇਲ ਦੀ ਬਰਨਾਲਾ ਸ਼ਹਿਰ ਵਿਖੇ।